ਬੇਸ਼ੱਕ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਤੋਂ ਨਾਰਾਜ਼ ਉਮੀਦਵਾਰਾਂ ਨੂੰ ਮਨਾਉਣ ਦਾ ਦਾਅਵਾ ਕੀਤਾ ਸੀ, ਪਰ ਉਹ ਇਸ ਕੰਮ ਵਿੱਚ ਅਸਫਲ ਰਹੇ ਤੇ ਪਾਰਟੀ ਤੋਂ ਨਾਰਾਜ਼ ਉਮੀਦਵਾਰਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਕਰਕੇ ਕਾਂਗਰਸ ਲਈ ਇੱਕ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ। ਇੱਥੇ ਹੀ ਵਸ ਨਹੀਂ, ਕਾਂਗਰਸ ਦੇ ਟਕਸਾਲੀ ਵਰਕਰਾਂ ਨੇ ਵੀ ਕਾਂਗਰਸੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਾਉਣ ਦਾ ਟੀਚਾ ਬਣਾ ਲਿਆ। ਇਸੇ ਤਰ੍ਹਾਂ ਦਿੜਵਾ ਤੋਂ ਦਰਸ਼ਨ ਸਿੰਘ ਸਿੱਧੂ ਨੇ ਵੀ ਪਾਰਟੀ ਦੀ ਟਿਕਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਆਪਣਾ ਝੰਡਾ ਗੱਡ ਦਿੱਤਾ ਹੈ। ਪਿਛਲੇ ਪਲਾਨ ਦੀ ਤਰ੍ਹਾਂ ਆਉਣ ਵਾਲੀਆਂ ਵਿਧਾਨ ਸਭਾ 2017 ਦੀਆਂ ਚੋਣਾਂ ਵਿੱਚ ਵੀ ਕਾਂਗਰਸ ਨੂੰ ਆਪਣੇ ਗਲਤ ਫੈਸਲਿਆਂ ਕਾਰਨ ਹੀ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ। ਦਿੜਬਾ ਵਿਖੇ ਵੀ ਇਹ ਮਿਸਾਲ ਵੇਖੀ ਜਾ ਸਕਦੀ ਹੈ। ਸਿੱਧੂ ਤੇ ਹਲਕੇ ਦੇ ਟਕਸਾਲੀ ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਨੂੰ ਸਿੱਧੂ ਦੀ ਟਿਕਟ ਕੱਟਣ ਦਾ ਖਾਮਿਆਜ਼ਾ ਭੁਗਤਣਾ ਪਵੇਗਾ, ਕਿਉਂਕਿ ਦਰਸ਼ਨ ਸਿੰਘ ਸਿੱਧੂ ਦੇ ਚੋਣ ਨਿਸ਼ਾਨ ਸੀਟੀ ਦੀ ਗੂੰਜ ਹਲਕੇ ਅੰਦਰ ਸਿੱਧੂ ਦੇ ਹੱਕ ਵਿੱਚ ਗੂੰਜ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾ ਕੇ ਪ੍ਰਸ਼ਾਂਤ ਕਿਸ਼ੋਰ ਦੇ ਸਰਵੇ ਤੇ ਮੋਹਰ ਲਗਾਈ ਜਾਵੇਗੀ ਤੇ ਪਾਰਟੀ ਹਾਈਕਮਾਨ ਨੂੰ ਦੱਸਿਆ ਜਾਵੇਗਾ ਕਿ ਸਰਵੇ ਪਾਰਟੀ ਦੀਆਂ ਟੀਮਾਂ ਕੋਲੋਂ ਨਹੀਂ ਸਗੋਂ ਵਰਕਰਾਂ ਦੇ ਹੱਥ ਵਿੱਚ ਹੁੰਦੇ ਨੇ। ਅਸੀਂ ਦੁਬਾਰਾ ਉਹੀ 2002 ਵਾਲਾ ਇਤਿਹਾਸ ਰਚਣ ਜਾ ਰਹੇ ਹਾਂ, ਔਰ ਜਿਹੜੇ ਕਈ ਗੱਲਾਂ ਨੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਿਹੜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਹੈ ਵੀ ਉਹਨਾਂ ਨੇ ਇੱਥੋਂ ਸਰਵਰ ਬਣਾ ਕੇ ਭੇਜਿਆ, ਜਦਕਿ ਸਾਨੂੰ ਟੀਮ ਨੂੰ ਕਿਸੇ ਨੂੰ ਪੁੱਛਿਆ ਨਹੀਂ ਗਿਆ। ਅਸੀਂ ਪਾਰਟੀ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਸਰਵੇ ਨੇ ਉਹ ਵਰਕਰਾਂ ਲਵੇ ਹੁੰਦੇ ਨੇ, ਨਾ ਕਿ ਮਤਲਬ ਰਜਿਸਟਰ ਦੇ ਵਿੱਚ ਲਿਖ ਕੇ ਸਰਵਾ ਦੇ ਦਿਓ। ਪਾਰਟੀ ਟੀਮ ਹੈ ਉਹ ਕਰਦੀ ਹੁੰਦੀ ਹੈ ਜਾਂ ਲੋਕਾਂ ਤੋਂ ਸਰਵਾ ਲਗਾ ਕੇ ਉਹ ਕਰਦੀ ਹੁੰਦੀ ਹੈ। ਸਾਨੂੰ ਇਹ ਵੀ ਪਤਾ ਵੀ ਕਈ ਜਿਹੜੇ ਉੱਚ ਲੀਡਰ ਨੇ ਉਹ ਉਹਨਾਂ ਦੇ ਮੁਤਾਬਕ ਚੱਲਦੇ ਨੇ, ਜਿਹੜੀਆਂ ਬਾਕੀ ਗੱਲਾਂ ਨੇ ਉਹ ਮੈਂ ਸ਼ਾਇਦ ਚੱਲ ਕਾਹਨੂੰ ਪੁੱਛਣੀਆਂ ਨੇ, ਤੁਸੀਂ ਨਾ ਕਾਹਨੂੰ ਦੱਸਣੀਆਂ ਨੇ, ਉਹ ਤਾਂ ਮਹਾਰਾਜਾ ਸਾਹਿਬ ਨੂੰ ਖੁਦ ਹੀ ਪਤਾ ਚੱਲ ਜੂਗਾ ਜਾਂ ਸਾਡੇ ਰਾਹੁਲ ਗਾਂਧੀ ਜੀ ਨੂੰ ਵੀ ਪਤਾ ਚੱਲ ਜੂਗਾ ਵੀ ਜਿਹੜੀ ਇਹ ਸਰਵਾ ਹੈ ਉਹ ਕਿੱਥੋਂ ਬਣ ਕੇ ਆਇਆ ਅਤੇ ਯਾਰ ਇਹਨਾਂ ਨੇ ਕਿੱਥੋਂ ਬਣਾ ਕੇ ਭੇਜਿਆ। ਜਵਾਨਤ ਜਬ ਤਾਂ ਆਟੋਮੈਟਿਕ ਹੀ ਹੋ ਜੂਗੀ, ਉਹ ਤਾਂ ਹੋ ਜੋ ਪਈ ਆ, ਪਹਿਲਾਂ ਹੀ ਹੋਈ ਪਈ ਆ, ਉਹ ਸਾਡੇ ਕਹਿਣ ਨਾਲ ਨਹੀਂ ਹੁੰਦੀ, ਉਹ ਤਾਂ ਲੋਕ ਕਰਾਉਣੇ ਨੇ। ਸਤਿਕਾਰਯੋਗ ਵੋਟਰਸ ਦਾ ਬੜਾ ਸਾਨੂੰ ਹੁੰਗਾਰਾ ਹੈ, ਉਹਨਾਂ ਨੇ ਤਹੀਆ ਕਰ ਲਿਆ ਕਿ ਜਿਹੜਾ ਸਾਡਾ ਚੋਣ ਨਿਸ਼ਾਨ ਹੈ ਸਿਟੀ ਦੇ ਚੋਣ ਨਿਸ਼ਾਨ ਦੇ ਉੱਤੇ ਉਹਨਾਂ ਨੇ ਬਟਨ ਦੱਬ ਕੇ ਜਿਹੜੇ ਬਾਹਰੋਂ ਇਹ ਬੰਦੇ ਗਲਤ ਬੰਦੇ ਇਲੈਕਸ਼ਨ ਲੜ ਰਹੇ ਨੇ ਇਹਨਾਂ ਦੀ ਸਿਟੀ ਜ਼ਰੂਰ ਵਜਾਉਣਗੇ। ਮੈਂ ਤਾਂ ਇਹਨਾਂ ਨੂੰ ਵੋਟਰਸ ਨੂੰ ਇਹੀ ਕਿਹਾ ਕਿ ਤੁਸੀਂ ਇਹ ਫੈਸਲਾ ਕਰੋ, ਚੋਣ ਮੈਦਾਨ ਦੇ ਵਿੱਚ ਇੱਕ ਜਿਹੜੀ ਸਿਟੀ ਹੈ ਇਹਦਾ ਇੱਕ ਸੁਨੇਹਾ ਹੈ ਕਿ ਤੁਸੀਂ ਸਿਟੀ ਵਜਾ ਕੇ ਜਿਹੜੇ ਫਾਊਲ ਪਲੇ ਗਲਤ ਪਲੇਅਰ ਇੱਥੇ ਮੈਦਾਨ ਦੇ ਵਿੱਚ ਖੇਡ ਰਹੇ ਨੇ ਇਹਨਾਂ ਨੂੰ ਬਾਹਰ ਕੱਢ ਦਿਓ। ਜਿਸ ਦਿਨ ਦਾ ਮੈਂ ਚੋਣ ਮੈਦਾਨ 'ਚ ਆਇਆ ਉਹ ਤਾਂ ਸ਼ਾਇਦ ਉਹ ਆਪਣੇ ਘਰ ਪਹਿਲਾਂ ਹੀ ਬਹਿ ਗਿਆ, ਉਹਦੀ ਤਾਂ ਜ਼ਮਾਨਤ ਮੈਂ ਜ਼ਬਤ ਕਰਾਵਾਂਗਾ ਹੀ ਕਰਾਵਾਂਗਾ, ਉਹ ਤਾਂ ਉਹ ਸਾਡੇ ਬੰਦਿਆਂ ਨੂੰ ਫੋਨ ਕਰ ਦਿੰਦੇ ਨੇ, ਇਸ ਕਰਕੇ ਉਹ ਆਪ ਹੀ ਘਰ ਬਹਿ ਗਿਆ। ਮੈਂ ਤਾਂ ਖੈਰ ਕੀ ਬੈਠਣਾ, ਇਹ ਤਾਂ ਡਟ ਕੇ ਸਾਰੇ ਵਰਕਰ ਸਾਰੀ ਟੀਮ ਲੱਗੀ ਹੋਈ ਆ, ਸਾਰੇ ਪਿੰਡਾਂ ਦੇ ਵਿੱਚ ਪਤਾ ਹੈ, ਜਾ ਕੇ ਤਾਂ ਦੇਖਿਓ ਉਹਦੀ ਸਿਟੀ ਦੇ ਨਾਲ ਉਹਦੇ ਕੰਨ ਬੋਲੇ ਹੋ ਜਾਣਗੇ, ਇੰਨੀਆਂ ਸਿਟੀਆਂ ਵੱਜਦੀਆਂ ਨੇ। ਪਲਾਟ 'ਚ ਆ ਗਏ ਨੇ, ਉਹਨਾਂ ਨੇ ਆਪਣੀ ਹਾਰ ਮੰਨ ਲਈ ਹੈ, ਜਿਹਦੇ 'ਤੇ ਅਸੀਂ ਨੋਮੀਨੇਸ਼ਨ ਫਾਈਲ ਦਾਖਲ ਕੀਤੇ ਨੇ, ਉਸ ਦਿਨ ਜਿਹੜੀ ਕੋਈ ਨਾ ਕੋਈ ਅਫਵਾਹ ਉਡਾਈ ਆ ਰਹੇ ਨੇ, ਅਤੇ ਉਹ ਤਾਂ ਬਸ ਗਏ ਆਪਣੇ ਗਰਾਊਂਡ ਦੇ ਵਿੱਚੋਂ ਗਏ ਉਹ। ਦਿੜਵਾ ਤੋਂ ਜਾਟ ਟੀਵੀ ਨਿਊਜ਼ ਦੇ ਲਈ ਵਿਨੋਦ ਕੁਮਾਰ ਗੋਇਲ ਦੀ ਰਿਪੋਰਟ।